ਐਨਪੀਆ ਪਰ ਇਸ ਸ੍ਰੀਕਾ ਲਾਦਾਬ ਮੈਂ ਹਾਂ ਤੁਹਾਡਾ ਆਪਣਾ ਹੋਸ ਸ਼ਾਹਿਦ ਛਬੀਰ ਬਾਬਾ ਜੀ ਔਰ ਤੁਸੀਂ ਦੇਖ ਰਹੇ ਹੋ ਰੇਡੀਓ ਸਾਡੇ ਵਾਲਾ ਐਂਡ ਵੈਬ ਟੀਵੀ ਸਾਡੇ ਵਾਲਾ ਰੇਡੀਓ ਸਾਡੇ ਵਾਲਾ ਨੇ ਇੱਕ ਨਵੀਂ ਸੀਰੀਅਲ ਲੈ ਕੇ ਆ ਰਹੇ ਹਾਂ ਮੈਂ ਵਿਛੋੜੇ ਦੇ ਨਾਮ ਤੋਂ ਜੀ ਵਿਛੋੜਾ ਵਿਛੋੜੇ ਦੇ ਵਿੱਚ ਅਸੀਂ ਕੀ ਕਰ ਰਹੇ ਹਾਂ ਵਿਛੋੜੇ ਦੇ ਵਿੱਚ ਅਸੀਂ ਉਹਨਾਂ ਲੋਕਾਂ ਨੂੰ ਆਪਣੀ ਮਿੱਟੀ ਦੇ ਨਾਲ ਮਿਲਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਜਿਹੜੇ ਲੋਕ ਸੰਤਾਲੀ ਦੇ ਵਿੱਚ ਜਾਂ ਗਦਰ ਦੇ ਵਿੱਚ ਆਪਣਿਆਂ ਤੋਂ ਵਿਛੜ ਗਏ ਸੰਤਾਲੀ ਦੀ ਵੰਡ ਵੈਸੇ ਤਾਂ ਕਹਿਣ ਨੂੰ ਬੜੀ ਆਸਾਨ ਸੀ ਔਰ ਬਹੁਤ ਹੀ ਆਸਾਨ ਜਾ ਲੱਗਦਾ ਹੈ ਕਿ ਪਾਕਿਸਤਾਨ ਬਣ ਗਿਆ ਜੀ 47 ਆਇਆ ਔਰ ਪਾਕਿਸਤਾਨ ਬਣ ਗਿਆ ਲੇਕਿਨ ਕਿਸੇ ਨੇ ਨਹੀਂ ਪਤਾ ਕਿ ਉਹ ਲਹੂ ਦੀ ਲਕੀਰ ਉਹ ਲਹੂ ਦੀ ਨਦੀ ਜਿਹੜੀ ਹੈ ਉਹਦੇ ਵਿੱਚ ਕਿੰਨੇ ਮਾਵਾਂ ਦੇ ਲਾਲ ਰੁੱਲ ਗਏ ਅੱਜ ਇੱਕ ਇਸ ਐਸੀ ਹੀ ਇੱਕ ਸਟੋਰੀ ਹੈ ਜਿਹੜੀ ਕਿ ਖਾਸ ਕਰਕੇ ਖਾਲਸਾ ਪੰਥ ਵਾਸਤੇ ਉਹ ਬਹੁਤ ਹੀ ਜ਼ਿਆਦਾ ਇੰਪੋਰਟੈਂਟ ਹੈ ਔਰ ਅਗਰ ਕੋਈ ਵੀ ਬੰਦਾ ਜਿਹੜਾ ਹੈ ਸਿੱਖ ਧਰਮ ਨਾਲ ਤੱਲਕ ਰੱਖਦਾ ਹੈ ਤੇ ਉਹਨੂੰ ਇਹ ਸੁਣ ਕੇ ਬਹੁਤ ਸ਼ੌਕਟ ਹੋਏਗਾ ਕਿ ਇਸ ਕਬਰਿਸਤਾਨ ਦੇ ਵਿੱਚ ਅਸੀਂ ਜਿਸ ਜਗ੍ਹਾ ਦੇ ਉੱਤੇ ਖਲੋਤੇ ਹੋਏ ਹਾਂ ਇਹ ਇੱਕ ਗਰੇਵਯਾਰਡ ਹੈ ਧਵਾ ਖਾਲਸਾ ਦੇ ਬਿਲਕੁਲ ਨਾਲ ਇੱਕ ਪਿੰਡ ਹੈ ਜੀ ਨਾਲ ਇੱਕ ਪਿੰਡ ਹੈ ਉਸ ਪਿੰਡ ਦੇ ਵਿੱਚ ਬਾਬਾ ਗੁਰੂ ਨਾਨਕ ਸਾਹਿਬ ਦੀ 17ਵੀਂ ਵੰਸ਼ ਜਿਹੜੀ ਹੈ ਉਹ ਇਸ ਜਗ੍ਹਾ ਦੇ ਉੱਤੇ ਬਰਡ ਹੈ ਜੀ ਹਾਂ ਜੀ ਬਿਲਕੁਲ ਮੈਂ ਸਰ ਰਾਏ ਬਹਾਦਰ ਬਾਬਾ ਖੇਮ ਸਿੰਘ ਬੀਦੀ ਦੇ ਜਿਹੜੇ ਪੋਤਰੀ ਨੇ ਸਮਝ ਲਓ ਕਿ ਉਹਨਾਂ ਦੀ ਕਬਰ ਜਿਹੜੀ ਹੈ ਉਹ ਇਸ ਜਗ੍ਹਾ ਦੇ ਉੱਤੇ ਵੀ ਹੈ ਔਰ ਸਰਦਾਰ ਹੀਰਾ ਸਿੰਘ ਜਿਹੜਾ ਹੈ ਉਹਨਾਂ ਦੇ ਬੇਟੇ ਜਿਹੜੇ ਕਿ ਮੁਸਲਮਾਨ ਹੋ ਗਏ ਸੀ ਸ਼ੇਖ ਮੁਹੰਮਦਦੀਨ ਬਾਬਾ ਬਾਬਾ ਖੇਮ ਸਿੰਘ ਵੈਦੀ ਜੀ ਦੀ ਇੱਕ ਬੇਟੀ ਸਿੱਖ ਹੀ ਰਹੀ ਔਰ ਦੂਸਰੀ ਬੇਟੀ ਜਿਹੜੀ ਹੈ ਉਹ ਮੁਸਲਮਾਨ ਹੋ ਗਈ ਸੀ ਔਰ ਉਹ ਇੱਥੇ ਹੀ ਰਹੇ ਸਨ ਪਤਾ ਲੱਗਾ ਕਿ ਐਂਡ ਦੇ ਉੱਤੇ ਉਹਨਾਂ ਦਾ ਦਿਮਾਗੀ ਤوازن ਚਲਾ ਗਿਆ 47 ਦੇ ਵਿੱਚ ਬਹੁਤ ਦੁੱਖ ਝੀਲੇ ਬਹੁਤ ਹੀ ਪੀੜਾਂ ਚੀਲੀਆਂ ਤੁਸੀਂ ਇਹ ਦੇਖੋ ਕਿ ਤੁਹਾਡੇ ਸਾਹਮਣੇ ਇੱਕ ਕਬਰ ਨਜ਼ਰ ਆ ਰਹੀ ਹੈ ਜਿਹਦੇ ਕਬਰ ਦੇ ਉੱਤੇ ਇੱਕ ਪਲੇਟ ਲੱਗੀ ਹੋਈ ਹੈ ਸ਼ੇਖ ਮੁਹੰਮਦਦੀਨ ਵਲਦ ਹੀਰਾ ਸਿੰਘ ਦੀ ਠੀਕ ਹੈ ਜੀ ਇੱਕ ਬਹੁਤ ਹੀ ਤੇ ਮੇਰੇ ਲਈ ਇਹ ਸਟੋਰੀਜ਼ ਜਿਹੜੀਆਂ ਨੇ ਪਹਿਲੇ ਅਮਰਦੀਪ ਸਿੰਘ ਆਏ ਸੀ ਪਾਕਿਸਤਾਨ ਤੇ ਉਹਨਾਂ ਨੇ ਇੱਕ ਮੱਖਣ ਭਾਜੀ ਉਹਨਾਂ ਦੇ ਰਿਸ਼ਤੇਦਾਰ ਸਨ ਤੇ ਉਹਨਾਂ ਦੇ ਵਿੱਚੋਂ ਲੱਭਦੇ ਲੱਭਦੇ ਅਬਟਾਬਾਦ ਦੇ ਵਿੱਚ ਉਹਨਾਂ ਨੂੰ ਇਸੇ ਤਰ੍ਹਾਂ ਹੀ ਇੱਕ ਭਾਈ ਸਾਹਿਬ ਦਾ ਨਾਮ ਜਿਹੜਾ ਸੀ ਉਹ ਮੁਸਲਮਾਨ ਸੀ ਪਰ ਉਹਨਾਂ ਦੇ ਬਾਪ ਦੀ ਜਿਹੜੀ ਵਲਦੀਅਤ ਸੀ ਉਥੇ ਸਿੰਘ ਲਿਖੀ ਹੋਈ ਸੀ ਸੇਮ ਅੱਜ ਜਿਹੜੀ ਹੈ ਉਹ ਸਟੋਰੀ ਹੈ ਕਿ ਸ਼ੇਖ ਮੁਹੰਮਦਦੀਨ ਵਾਦ ਜਿਹੜੀ ਹੈ ਉਹ ਹੀਰਾ ਸਿੰਘ ਹੈ ਤੇ ਬਾਬਾ ਗੁਰਨਾਨਕ ਸਾਹਿਬ ਦੇ ਆਂਛਾਂਛ ਦੇ ਵਿੱਚੋਂ ਤਕਰੀਬਨ 19ਵੀਂ ਪੀੜ੍ਹੀ ਜਿਹੜੀ ਹੈ ਸਾਡੇ ਨਾਲ ਇਸ ਵੇਲੇ ਮੌਜੂਦ ਨੇ ਬਾਬਾ ਮਿੱਠਾ ਜੀ ਇੱਥੇ ਮੌਜੂਦ ਨੇ ਇਹ ਤਾਂ ਨਹੀਂ ਪਤਾ ਉਹਨਾਂ ਨੂੰ ਬਾਬਾ ਮਿੱਠਾ ਕਿਉਂ ਕਹਿੰਦੇ ਨੇ ਲਾਜ਼ਮੀ ਗੱਲ ਹੈ ਕਿ ਕੋਈ ਮਿਠਾਸ ਹੋਏਗੀ ਤਾਂ ਹੀ ਉਹਨਾਂ ਨੂੰ ਬਾਬਾ ਮਿੱਠਾ ਜੀ ਕਿਹਾ ਜਾਂਦਾ ਸੋ ਅਸੀਂ ਗੱਲ ਕਰਾਂਗੇ ਮਤਲਬ ਕਿ ਸ਼ੇਖ ਮੁਹੰਮਦਦੀਨ ਵਲਦ ਹੀਰਾ ਸਿੰਘ ਜਿਹੜੇ ਨੇ 1962 ਦੇ ਵਿੱਚ ਸਵਰਗ ਸਦਾਰ ਗਏਸ ਦੁਨੀਆ ਤੋਂ ਚਲੇ ਗਏ ਸਨ ਇਹ ਬਾਬਾ ਗੁਰਨਾਨਕ ਸਾਹਿਬ ਦੀ ਕਿੰਵੀਂ ਪੀੜੀ ਹੈ ਔਰ ਬਾਬਾ ਖੇਮ ਸਿੰਘ ਬੇਦੀ ਨਾਲ ਇਹਨਾਂ ਦਾ ਕੀ ਰਿਸ਼ਤਾ ਹੈ ਭਾਈ ਮਨੀਰ ਅਸ਼ਰ ਸਾਹਿਬ ਜਿਹੜੇ ਨੇ ਉਰਫ ਬਾਬਾ ਮਿੱਠਾ ਜੀ ਜਿਹੜੇ ਕਿ ਐਸਵੇਲੇ ਡਾਇਰੈਕਟਲੀ ਡਿਸੈਂਡਡ ਨੇ ਬਾਬਾ ਗੁਰਨਾਨਕ ਸਾਹਿਬ ਦੇ ਜਿਹੜੀ ਕਿ ਪਾਕਿਸਤਾਨ ਦੇ ਐਚਪੀਡੀ ਚੱਲ ਰਹੀ ਹੈ ਉਹਨਾਂ ਦੇ ਵਿੱਚੋਂ ਤੇ ਉਹਨਾਂ ਨਾਲ ਗੱਲਬਾਤ ਕਰਨੇ ਆ ਜੀ ਭਾਈ ਸਾਹਿਬ ਪਾਈ ਸਾਹਿਬ ਨੇ ਸਾਨੂੰ ਦੱਸਿਆ ਕਿ ਵੀ ਇਹਨਾਂ ਦੇ ਜਿਹੜੇ ਗ੍ਰੈਂਡ ਗ੍ਰੇਟ ਮਾਂ ਵਾਲੀ ਸਾਈਡ ਤੋਂ ਜਿਹੜੇ ਸਨ ਉਹ ਅਸਲਾਮੁਅਲੈਕੁਮ ਜੀ ਅਸਲਾਮ ਜੀ ਅਸੀਂ ਬਾਬਾ ਖੈਮ ਸਿੰਘ ਦੀ ਜਿਹੜੀ ਪਿੰਲੀ شادی 16ਵੀਂ 80 ਉਹਨਾਂ ਵਿੱਚੋਂ ਬਾਬਾ ਗੁਰਬੋਇ ਸਿੰਘ ਬੇਦੀ ਨੇ ਜਿਹੜੀ ਬੇਟੀ ਸਨ ਬੜੇ ਉਹਨਾਂ ਨੇ ਸ਼ਾਦੀ ਥੋਏ ਖਾਲਸੇ ਸੋਈ ਸੀ ਜਿਹਨਾਂ ਦਾ ਨਾਮ ਹੁਤਾਰ ਸਿੰਘ ਉਹ ਵਲਦੀਦਾ ਸਿੰਘ ਸੀ 47 ਜਦੋਂ ਨੇ ਇਸਲਾਮ ਕਬੂਲ ਕੀਤਾ ਉਹਨਾਂ ਕੀ ਮੁਹਮਮਦ ਦੀਨ ਉਸ ਇਹ ਦਾ ਸਿੰਘ ਨਾਲ ਕਬਰ ਮਿਲਿਆ ਜਿਹੜੇ 1962 ਦੇ ਵਿੱਚ ਫੌਤ ਹੋਏ ਜਿਨ੍ਹਾਂ ਦੀ ਕਬਰ ਤੇ ਅਸੀਂ ਖੜੇ ਆ ਬਾਬਾ ਜੀ ਇਹ ਸਾਡੇ ਨਾਨਾ ਜੀ ਨੇ ਔਰ ਇਹਨਾਂ ਦੀ ਕਬਰੇ ਜਿੱਥੇ ਅਸੀਂ ਖੜੇ ਆ ਔਰ ਨਾਨਾ ਜੀ ਦੀ ਕਬਰ ਤੇ ਗੱਲਬਾਤ ਕਰਨੇ ਆ ਕਿ ਇਹ ਸਭ ਤੋਂ ਪੁਰਾਣਾ ਥੋਏ ਖਾਲਸੇ ਦਾ ਕਬਰਸਤਾਨ ਸੀ ਜਦੇ ਵਿੱਚ ਉਹਨਾਂ ਦੀ ਕਬਰ ਹੈ ਉਹ ਨਾਨੀ ਜਿਹੜੇ ਸੇ ਸਾਡੇ ਬਾਬਾ ਗੁਰਬੁਜ ਸਿੰਘ ਬੇਦੀ ਦੀ ਜਿਹੜੀ ਬੇਟੀ ਸੇ ਉਹਨਾਂ ਦੀ ਦੂਸਰੇ ਕਬਰਸਤਾਨ ਦੀ ਕਬਰ ਵੀ ਮੌਜੂਦ ਹੈ ਕਬਰ ਥੋਏ ਖਾਲਸੇ ਵਿੱਚ ਜਿਹਨਾਂ ਨਾਂ ਬਲਵੰਦ ਕੋ ਜ਼ੈਨਮ بی بی ਮਿਲਿਆ ਸੀ ਇਸਲਾਮੀ ਨਾਂ ਉਹ ਬਾਬਾ ਮਮਾ ਮਮਨਦੀਨ ਦੀ بیوی ਸਨ ਸਾਡੀ ਨਾਨੀ ਸਨ ਤੇ ਬਾਬਾ ਜੀ ਉਹ ਕਬਰ ਵੀ ਐਸੇ ਹੀ ਜਗ੍ਹਾ ਦੇ ਉੱਤੇ ਕਿਸੇ ਜਗ੍ਹਾ ਤੇ ਮੌਜੂਦ ਹੈ ਉੱਥੋਂ ਖਾਲਸੇ ਵਿੱਚ ਦੂਸਰਾ ਕਬਰਸਤਾਨ ਆ ਉਸ ਏਰੀਏ ਵਿੱਚ ਉੱਥੇ ਨਾਮ ਵਗੈਰਾ ਲੈ ਵੀ ਮੈਂਸ਼ਨ ਹੈ ਉਹਨਾਂ ਦਾ ਬਿਲਕੁਲ ਉਹਨਾਂ ਦੀ ਤਖਤੀ ਲੱਗੀ ਵੀ ਹਰ ਚੀਜ਼ ਲਿਖੀ ਪਈ ਉਹਨਾਂ ਦੀ ਚਲੋ ਅਸੀਂ ਇੱਕ ਤਾਂ ਪਹਿਲੇ ਤੇ ਤੁਹਾਡਾ ਮੈਸੇਜ ਕੀ ਹੈ ਤੁਸੀਂ ਸਾਨੂੰ ਜਿਹੜੀ ਦਾਵਤ ਦਿੱਤੀ ਹੈ ਚੈਨਲ ਵੱਲੋਂ ਕਿ ਇੱਥੇ ਆ ਕੇ ਤੁਸੀਂ ਕਵਰੇਜ ਕਰਕੇ ਜਾਓ ਤੁਸੀਂ ਚਾਹੁੰਦੇ ਕੀ ਹੋ ਅਸਲ ਵਿੱਚ ਅਸੀਂ ਇਹ ਚਾਹੁੰਦੇ ਆ ਕਿ ਜਿਹੜੇ 47 ਨੇ ਵੀ ਸਾਡੇ ਬਿਛੋੜੇ ਪਏ ਨੇ ਅਸਲ ਦੇ ਬਾਬੇ ਸਾਡੇ ਕੋਲੋਂ ਬਿਛੜ ਗਏ ਨੇ ਸਾਡੇ ਬਾਬਾ ਗੁਰਬੁਜ ਸਿੰਘ ਬਾਬਾ ਬੇਦੀ ਅਸੀਂ ਉਹਨਾਂ ਨੂੰ ਮਿਲਣਾ ਚਾਹ ਰਹੇ ਆ ਸਾਡੇ ਦਿੱਲੀ ਜੂਬਦ ਨੇ ਕਿ ਇਹ ਸਾਡੀਆਂ ਕਬਰਾਂ ਨੇ ਅਸੀਂ ਉਹਨਾਂ ਦੀ ਔਲਾਦ ਆ ਉਸ ਸਾਡੇ ਬਾਬਾ ਮੁਹੰਮਦਦੀਨ ਵੀ ਹੱਥ ਮਾਰ ਮਾਰ ਕੇ ਛਾਤੀਆਂ ਚਲੇ ਗਏ ਨੇ ਜਿਹੜੀ ਬਾਬੇ ਗੁਰਬੁਜ ਸਿੰਘ ਨੇ 베ਦੀ ਸੀ ਬਲਵੰਦ ਕੋਲ ਜਿਨ੍ਹਾਂ ਕੀ ਮੁਮਨਦੀਨ ਦੀ ਬੀਵੀ ਸੀ ਜਿਨ੍ਹਾਂ ਕੀ ਜ਼ੈਨਮ ਬੀਬੀ ਨਾਮ ਮਿਲਿਆ ਸੀ ਉਸ ਦੁਨੀਆ ਵਿੱਚ ਜਦੋਂ 34 ਪਏ ਤੋਂ ਆਪਣਾ ਜ਼ਹਿਨ ਹੀ ਤਵਾਜ਼ਲ ਖੋਈ ਬੈਠੇ ਉਹਨਾਂ ਦਾ ਦਿਮਾਗ ਚਲਾ ਗਿਆ ਪਛਾਣ ਖਤਮ ਹੋ ਗਈ ਉਹ ਇੱਕ ਹੀ ਬਸ ਆਪਣੀ ਬਾਣੇ ਸੇ ਆਪਣੇ ਬਾਬਿਆਂ ਕੀ ਉਹ ਬੜਿਆਂ ਕੀ ਯਾਦ ਕਰਨੇ ਸੇ 1971 ਦੇ ਵਿੱਚ ਉਹ ਆਪਣਾ ਇਸ ذہنی ਤਵਾਜ਼ਲ ਖਰਾਬ ਹੋਣ ਦੀ ਵਜਨ ਵਾਲੇ ਦੁਨੀਆ ਛੋੜੀ ਕੇ ਜਿਨ੍ਹਾਂ ਦੀ ਕਬਰ ਮੁਬਾਰਕ ਜਿਹੜੀ ਹੈ ਇਸ ਸੋਏ ਖਾਲਸੇ ਵਿੱਚ ਮੌਜੂਦ ਹੈ ਇਹ ਉਹਨਾਂ ਨੇ ਖਾਵਨ ਨਹੀਂ ਕਬਰ ਜਿਹੜੇ ਸਾਡੇ ਨਾਨਾ ਸੇ ਹੋ ਜਿਹੜੀ ਸਾਡੀ ਨਾਨੀ ਹੈ ਉਹ ਦੂਸਰੇ ਕਬਰਸਤਾਨ ਵਿੱਚ ਜਿਨ੍ਹਾਂ ਦੀ ਕਬਰ ਹੈ ਔਰ ਅਸੀਂ ਤੇ ਕੁਐਸਚਨ ਕਰਨੇ ਆ ਆਪਣੇ ਭਾਬਿਆਂ ਕੋਲ ਕਿ ਇਹ ਸੰਤਾਲੀ ਨੇ ਬਿਛੋੜਿਆ ਕਿ ਅਸਾਂ ਕਿ ਮਿਲੋ ਤਾਂ ਕਿ ਸਾਡੇ ਸੰਤਾਲੀ ਨੇ ਦੁੱਖ ਦੂਰ ਹੋਵਣ ਜਿਹੜੇ ਸਾਲੀ ਨਾਨੀ ਪਾਗਲ ਹੋਈ ਕਿ ਤੁਸਾਂ ਕੀ ਯਾਦ ਕਰੀ ਕਰੀ ਮਰੀ ਕੀ ਸਾੜੀ ਮਾਂ ਅਕਬਰ ਜਾਨ ਜਿਹੜੀ ਇਹਨਾਂ ਦੀ ਬੇਟੀ ਸੀ ਉਹਨਾਂ ਦਾ ਦਿਮਾਗ ਖਰਾਬ ਹੋਇਆ ਸੀ ਜ਼ੈਨ ਖਰਾਬ ਹੋਇਆ ਅਸਾਂ ਛੋਟੇ ਛੋਟੇ ਸਿਆਤ ਅਸਾਂ ਉਹਨਾਂ ਦਾ ਜ਼ੈਨ ਤੱਕਿਆ ਉਹ ਇਹ ਗੱਲਾਂ ਤੁਹਾਡੀਆਂ ਯਾਦ ਕਰਨੇ ਸੀ ਕਿ ਸਾਡਾ ਬਾਬਾ ਗੁਰਬੁਜ ਸਿੰਘ ਸਾਡਾ ਬਾਬਾ ਬੇਦੀ ਸਾਡਾ ਬਾਬਾ ਖੈਮ ਸਿੰਘ ਸਾਨੂੰ ਪਤਾ ਨਹੀਂ ਸੀ ਕਿ ਕਿਹਨਾਂ ਨੂੰ ਯਾਦ ਕਰਨੇ ਹੁਣ ਜਦੋਂ ਸਾਨੂੰ ਪਤਾ ਲੱਗਾ ਦਸੀ ਉਹਨਾਂ ਦੇ ਨਾਂ ਆਂਦੇ ਨੇ ਸਾਡੀਆਂ ਅੱਖਾਂ 'ਚ ਅੰਸੂ ਆ ਜਾਂਦੇ ਨੇ ਕਿ ਅਸੀਂ ਆਪਣੇ ਬਾਬਿਆਂ ਨੂੰ ਕਿਵੇਂ ਮਿਲੀਏ ਤੇ ਅਦਾਸੀ ਰਿਕਵੈਸਟ ਕਰਨੇ ਆ ਕਿ ਤੁਸੀਂ ਜਿੱਥੇ ਵੀ ਹੋ ਜਿਸੇ ਦੀਏਚ ਵੀ ਹੋ ਸਾਡੀ ਆਵਾਜ਼ ਸੁਣੋ ਸਾਨੂੰ ਮਿਲਣ ਦੀ ਕੋਸ਼ਿਸ਼ ਕਰੋ ਅਸੀਂ ਤੁਹਾਡੇ ਬੱਚੇ ਆ ਤੁਹਾਡੇ ਖੂਨ ਆ ਤੁਹਾਡੀ ਉਲਾਦ ਆ ਜੇ ਅਜਾ ਇਹ ਸਾਡੀ ਰਿਕਵੈਸਟ ਮਨਜ਼ੂਰ ਕੀਤੀ ਜਾਏ ਹੋਰ ਇਸਨੇ ਪਰ ਤਵਜੂਹਤ ਹੋਸਾ ਲੈਣ ਦਾ ਰਾਬਤਾ ਕਰੋ ਤਾਂ ਕਿ ਅਸੀਂ ਜਿਹੜੇ ਕੋਈ 5 4 ਘਰ ਆ ਸਾਡੀਆਂ ਦੋ ਖਾਲਾ ਨੇ ਦੋ ਮਾਮੂ ਨੇ ਜਿਹੜੇ ਮਾਮੂ ਇੱਕ ਬڑے ਮਾਮੂ ਫੌਤ ਹੋ ਗਏ ਜਿਹੜੇ ਨਿੱਕੇ ਮਾਮੂ ਜ਼ਾਹੂਰ ਉਹਨਾਂ ਇਸ ਦੁੱਖ ਨਾਲ ਬਿਆ ਨਹੀਂ ਕੀਤਾ ਸਾਡੇ ਖਾਨਦਾਨ ਸਾਡੇ ਦੁਬਿਛੜ ਗਏ ਅਸੀਂ ਅੱਜ ਤੱਕ ਤੁਹਾਨੂੰ ਲੱਭ ਰਿਆਂ 74-75 ਸਾਲ ਹੋਈ ਗਏ ਬੱਤੀਆਂ ਚੁਕੀਆਂ ਨੇ ਉਹ ਲੱਭਦੇ ਪਿਆ ਅੱਜ ਆ ਕੇ ਸਾਨੂੰ ਤੁਹਾਡੀਆਂ ਮਲਮਾਤਾਂ ਮਿਲੀਆਂ ਨੇ ਔਰ ਬਸ ਅਸੀਂ ਬੇਚੈਨ ਹਾਂ ਕਿ ਕਿਸ ਟਾਈਮ ਅਸੀਂ ਤੁਹਾਨੂੰ ਮਿਲਿਆ ਮੁਲਾਕਾਤ ਕਰੀਏ ਅਸਾਂ ਨੇ ਦੁੱਖ ਦੂਰ ਹੋਣ ਤੁਸਾਂ ਨੂੰ ਕਿਸ ਤਰ੍ਹਾਂ ਪਤਾ ਲੱਗਾ ਕਿ ਜੇ ਮੈਂ ਤੁਹਾਡੇ ਕੋਲ ਆਸਾਂ ਤੇ ਤੁਸਾਂ ਦੇ ਦੁੱਖ ਸੁਣਸਾਂ ਤੇ ਤੁਸਾਂ ਦੇ ਦੁੱਖ ਦੂਰ ਹੋਸਣ ਨੇ ਵੈਸੇ ਵੀ ਇੱਥੇ ਇੱਕ ਗੁਰੂ ਗੁਰਦੁਆਰਾ ਬੜਾ ਮਸ਼ਹੂਰ ਹੈ ਜਿਸ ਦਾ ਨਾਮ ਹੈ ਦੁੱਖ ਭਜਨੀ ਮੈਨੂੰ ਵੀ ਅੱਜ ਜਿਹੜੇ ਨੇ ਸ਼ਰਫ ਹਾਸਲ ਹੋਏਗਾ ਉਸ ਜਗ੍ਹਾ ਦੇ ਉੱਤੇ ਜਿੱਥੇ ਸੌਵਾਂ ਦੀ ਤਦਾਦ ਦੇ ਵਿੱਚ ਲੋਕਾਂ ਨੇ ਆਪਣੀਆਂ ਜਾਨਾਂ ਦਿੱਤੀਆਂ ਆਪਣੀਆਂ ਇੱਜ਼ਤਾਂ ਬਚਾਈਆਂ ਆਪਣੀਆਂ ਇੱਜ਼ਤਾਂ ਲੁੱਟਣ ਨਾ ਦਿੱਤੀਆਂ ਤੇ ਉਸ ਦੁੱਖ ਭਜਨੀ ਦੇ ਉੱਤੇ ਮੈਂ ਕਵਾਂਗਾ ਕਿ ਬਿਲਕੁਲ ਇਥੋਂ ਨਜ਼ਦੀਕ ਹੀ ਇਹ ਦੁੱਖ ਭਜਨੀ ਤੇ ਤੁਸੀਂ ਕੀ ਕਹਿਣਾ ਚਾਹੋਗੇ ਕਿ ਆਪਣਾ ਦੁੱਖ ਤੁਸੀਂ ਮਨੂੰ ਹੀ ਕਿਉਂ ਸੁਣਾਉਣਾ ਚਾਹੁੰਦੇ ਸੀ ਸਰ ਅਸੀਂ ਤੁਹਾਨੂੰ ਦੁੱਖ ਤਾਂ ਸੁਣਾਉਣਾ ਚਾਹੁੰਦੇ ਸੀ ਕਿ ਤੁਸੀਂ ਸਾਡੇ ਬਾਬਿਆਂ ਨੂੰ ਮਿਲੇ ਹੋ ਉਹਨਾਂ ਨਾਲ ਤੁਸੀਂ ਬੈਠੇ ਖਲਤੇ ਹੋ ਅਸੀਂ ਤੁਹਾਨੂੰ ਦੇਖ ਕੇ ਵੀ ਤੁਹਾਨੂੰ ਵਿੱਚੋਂ ਮਨਾ ਚਾਹੁੰਦੇ ਆ ਕਿ ਤੁਹਾਡੇ ਨਾਲ ਸਾਡੇ ਬਾਬਿਆਂ ਦੀ ਖੁਸ਼ਬੂ ਹੋਏ ਇਸ ਵਾਸਤੇ ਅਸੀਂ ਤੁਹਾਨੂੰ ਬੁਲਾਇਆ ਇਸ ਵਾਸਤੇ ਅਸੀਂ ਟੀਵੀ ਚੈਨਲ ਦੇ ਵਿੱਚ ਤੁਹਾਡਾ ਨੰਬਰ ਕਰ ਲਿਆ ਹੈ ਉਹ ਤਾਂ ਨੇ ਰਾਬਤਾ ਕੀਤਾ ਹੈ ਕਿ ਕਿਸੇ ਤਰੀਕੇ ਨਾਲ ਵੀ ਸਾਡਾ ਪੈਗਾਮ ਸਾਡੇ ਬਾਬਿਆਂ ਤੱਕ ਪਹੁੰਚਾਓ ਤੁਸੀਂ ਕੀ ਉਮੀਦ ਸੀ ਕਿ ਮੈਂ ਆਸਾ ਉਮੀਦ ਜਦੋਂ انسان ਅੱਲਾਹ ਤਾਲਾ ਤੋਫੀਕ ਦੇਣਾ ਜਾਂ ਕਿਸੇ ਚੀਜ਼ ਕਿ ਓਪਨ ਕਰਨਾ ਉਮੀਦ ਹੈ ਇਸੀ ਅਸਾਂ ਕਿ ਬਿਲਕੁਲ ਪੂਰੀ ਦਿਲ ਇਚ ਖੁਆਇਸੀ ਕਿ ਤੁਸੀਂ ਆਸੋ ਅਸਲ ਦੁੱਖ ਸੁਣ ਸੋਸ ਅਸਲ ਬਾਬਿਆਂ ਤੱਕ ਪੁੱਛਾਸੋ ਇਨਸ਼ਾਅੱਲਾ 75 ਸਾਲ ਵਿੱਚ ਤੁਸਾਂ ਨੂੰ ਕੋਈ ਨਹੀਂ ਨਜ਼ਰ ਆਇਆ ਕਿ ਕੋਈ ਬੰਦਾ ਐਸਾ ਹੋਵੇ ਜਿਹੜਾ ਕਿ ਤੁਸਾਂ ਨੇ ਦੁੱਖ ਦਰਦ ਤੁਸਾਂ ਦੀਆਂ ਵਟਕੀਆਂ ਨਾ ਨਾਨੀਆਂ ਨਾ ਨਾਨੀ ਅਗੋਂ ਤੁਹਾਡੇ ਮਤਲਬ ਕਿ ਨਾਨਾ ਜੀ ਕਹਿਲੋ ਤੁਸੀਂ ਬਾਕੀ ਜਿਹੜੇ ਵੱਡੇ ਮਾਮੂ ਨੇ ਛੋਟੇ ਮਾਮੂ ਨੇ ਕੀ ਕਿਸੇ ਨੇ ਇਹਨਾਂ ਦਾ ਦੁੱਖ ਨਹੀਂ ਸੁਣਿਆ ਸਰ ਇਹ الات ایسے بني چکے سے اساں لٹ نے جو 39 تو بعد کے ਸਾਡੇ مامیاں ਕੋਲ ਸਾਡੀਆਂ ਕੋਲ ਜਿਹੜੀਆਂ ਖਾਲਾ ਸੇ ماں ਸੇ ਉਹਨਾਂ ਕੋਲ ਸвая ਆਪਣੀਆਂ ਇਸ ਤਰ੍ਹਾਂ محفوظ ਕਰਨ تو ਸ਼ਾਇ ਕੋਈ ਨਾ ਬੱਚੀ ਲੁੱਟ ਲਟਾਪੇਗੀ ਜਿਹੜੇ ਦੁੱਖ ਭਜਨੀ ਗੁਰਦੁਆਰਾ ਉੱਥੇ ਸਾਡੀਆਂ ਬੱਚੀਆਂ ਜਿਹੜੀਆਂ ਅਸੀਂਾਂ ਜਦੋਂ 37 ਪਿਆਏ ਤੇ ਜ਼ਿੰਦਾ ਜ਼ਬਾ ਕਰੀ ਕਰੀ ਸਟੀਆਂ ਅਸੀਂ ਤੁਹਾਨੂੰ ਕਿਵੇਂ ਬਿਆਨ ਕਰਾਂ ਕਿ ਸਾਡੇ ਮੂੰਹ ਚ ਲਫ਼ਜ਼ ਹੀ ਨਹੀਂ ਨਿਕਲਦੇ ਕਿ ਸਾਨੂੰ ਇੰਨੀ ਤਕਲੀਫ ਹੈ ਤੇ ਇਤਨਾ ਦੁੱਖ ਹੈ ਕਿ ਸਾਡੀ ਨਸਲ ਖੋਜ ਗਈ ਹੈ ਦੇ ਅਦਾਸੀ ਤੋਂ ਕੁਇਸ਼ ਕਰਦੇ ਆ ਕਿ ਜਿਹੜੇ ਅਸੀਂ ਬੱਚੇ ਪਿਆ ਸਾਨੂੰ ਮਿਲੋ ਸਾਡੇ ਦੁੱਖ ਦੂਰ ਕਰੋ ਬਾਬਾ ਜੀ ਇੱਕ ਗੱਲ ਮੈਨੂੰ ਹੋਰ ਦੱਸੋ ਥੋੜਾ ਨਾਲ ਗੱਛੋ ਸੀ ਇਹ ਮੈਨੂੰ ਇੱਕ ਗੱਲ ਹੋਰ ਦੱਸੋ ਕਿ ਇਹ ਤੁਸੀਂ ਮਤਲਬ ਕਿ ਤੁਸੀਂ ਜਦੋਂ ਤੁਹਾਡੇ ਵੜਕਿਆਂ ਇਸਲਾਮ ਕਬੂਲ ਕੀਤਾ ਤੇ ਤੁਸੀਂ ਜਿਤਨੀ ਦਿਨ ਬਾਹਰ ਰਹੇ ਹੋ ਇਸ ਜਗ੍ਹਾ ਤੇ ਕਿ ਆਖਰ ਤੁਹਾਡੇ ਖਾਨਦਾਨ ਵਿੱਚੋਂ ਇੱਕ ਤੁਸੀਂ ਉੱਠੇ ਹੋ ਜਿਨ੍ਹਾਂ ਨੂੰ ਯਾਦ ਆਈ ਹੈ ਕਿ ਆਪਣੇ ਵੜਕਿਆਂ ਨਾ ਮਿਲੇ ਇਸ ਤੋਂ ਪਹਿਲੇ ਕਿਸੇ ਨੇ ਕਿਉਂ ਨਹੀਂ ਆਵਾਜ਼ ਅਸਾਂ ਦੇ ਮਾਮੇ ਸੇ ਦੋ ਜਿਨ੍ਹਾਂ ਨਾ ਹੱਕ ਬੰਨਾ ਸੀ ਇਹਨਾਂ ਨੇ ਬਾਦੇ ਵਿੱਚ ਲੋੜ ਕਰਨਾ ਉਹਨਾਂ ਵਿਚਾਰਿਆਂ ਕੋਲ ਰੋਟੀ ਖਾਣ ਜੋਗੇ ਪੈਸੇ ਕੋਈ ਨਹੀਂ ਸੀ ਓਕੀਵੇਂ ਤੋਂ ਇਹਨਾਂ ਨੂੰ ਤਲਾਸ਼ ਕਰਨ ਅਸੀਂ ਪਰਦੇਸ ਕਟਿਆ ਹੈ ਸਾਉਦੀ ਅਰਬ ਦੇ ਆਂ ਦਬਈ ਦੇ ਆਂ ਲੀਬੀਆ ਸ਼ਾਇਦ ਹੀ ਚਦੇ ਆਂ ਜਦੋਂ ਅਸੀਂ ਪਾਕਿਸਤਾਨ ਆਏ ਆ ਤਸਾਂ ਆਪਣੇ ਕਾਗਜ਼ਾਤ ਪੁਰਾਣੇ ਪੱਟੇ ਨੇ ਤੇ ਉਸ ਟਾਈਮ ਅਸਾ ਜਿਹਦੇ ਕਾਗਜ਼ ਪੱਟੇ ਨੇ ਸਾਡੇ ਨਾਨਾ ਜੀ ਨੇ ਕਾਗਜ਼ ਆਏ ਨੇ ਤੇ ਅਸੀਂ ਟਾ ਮਾਦੀ ਮਾਦੀ ਰੋਏ ਆ ਕਿ ਅਸੀਂ ਬਾਵਾ ਜੀ ਇੱਕ ਗੱਲ ਮੈਨੂੰ ਤੁਸੀਂ ਦੱਸੋ ਕਿ ਜਿਸ ਵੇਲੇ ਤੁਸੀਂ ਆਏ ਬਤਾ ਲਗਾ ਕਿ ਵੀ ਬਾਵਾ ਖੇਮ ਸਿੰਘ ਬੇਦੀ ਆਪਣੇ ਦੌਰ ਨੇ ਬਹੁ ਵੱਡੇ ਰਾਇਸ ਗੁਜ਼ਰੇ ਨੇ ਸਾਈਵਾਲ ਵਿੱਚ ਸਭ ਤੋਂ ਵੱਡੀਆਂ ਜ਼ਮੀਨਾਂ ਜਿਹੜੀਆਂ ਨੇ ਉਹਨਾਂ ਦੀਆਂ ਨੇ 라ਵਲ ਪਿੰਡੀ ਵਿੱਚ ਉਹਨਾਂ ਦੀਆਂ ਨੇ ਥਵੇ ਖਾਲਸੇ ਵਿੱਚ ਨੇ ਚਵੇ ਖਾਲਸੇ ਚ ਨੇ ਡੇਰੇ ਖਾਲਸੇ ਵਿੱਚ ਨੇ ਕਲਰ ਸਈਦਾਂ ਵਿੱਚ ਇਤਨੇ ਵੱਡੇ ਉਹ ਰਈਸ ਸੇ ਆਜ਼ਮ ਜਿਨ੍ਹਾਂ ਨੂੰ ਕਿਹਾ ਜਾਂਦਾ ਹੈ ਇਸ ਇਲਾਕੇ ਦੇ ਨਾਰਥ-ਵੈਸਟ ਪੰਜਾਬ ਦੇ ਤੇ ਉਹਨਾਂ ਦੀ ਆਲ ਔਲਾਦ ਜਿਹੜੀ ਸੀ ਇਤਨੀ ਕਮਜ਼ੋਰ ਹੋ ਗਈ ਸਾਡਾ ਕਮਜ਼ੋਰੀ ਕੀ ਸੀ ਕਿ ਸਾਡੇ ਵੱਡੇ ਜਿਹੜੇ ਸਨ ਉਹ ਵਕਤ ਤੋਂ ਪਹਿਲੇ ਚਲੇ ਗਏ 1962 ਨਾਨਾ ਜੀ ਫੋਤ ਹੋ ਗਏ ਨੇ 1971 ਦੀ ਨਾਨੀ ਫੋਤ ਹੋਏ ਨੇ ਹਾਂਜੀ ਜਿਨ੍ਹਾਂ ਨੇ ਦੁਨੀਆ ਨੇ ਜਾਣ ਤੋਂ ਬਾਅਦ ਇਹ ਦਾਸਤਾਨ ਖਤਮ ਹੋਈ ਗਈ ਹੁਣ ਅਸੀਂ ਜਦੋਂ ਅਸੀਂ 20 25 25 ਸਾਲ ਪਰਦੇਸ ਕੱਟੇ ਨੇ ਜਦੋਂ ਅਸੀਂ ਪਾਕਿਸਤਾਨ ਆਏ ਅਸੀਂ ਆਪਣੇ ਮਾਮੇ ਕੋਲ ਸਵਾਲ ਕੀਤਾ ਕਿ ਸਾਡੀ ਨਾਨੀ ਕੌਣ ਸੀ ਨਾਨਾ ਕੌਣ ਸੀ ਜਰਾ ਜੁਲੋ ਉਹਨਾਂ ਨੇ ਕਾਗਜ਼ ਕੱਢੋ ਜਦੋਂ ਅਸੀਂ ਕਾਗਜ਼ ਫਰੋਲਾ ਫਰਾਲੀ ਕੀਤੀ ਉਹਨਾਂ ਨੇ ਸਾਰਾ ਨਿਕਲਿਆ ਬਈ ਕਿ ਇੱਕ ਬਾਬਾ ਗੁਰਬੋਜ ਸਿੰਘ ਦੀ ਬੇਟੀ ਸਨ ਬਲਵੰਤ ਕੋਲ ਨਾ ਸੀ ਉਹ ਖੈਮ ਸਿੰਘ ਦੀ ਪੋਤਰੀ ਸਨ ਜਦੋਂ ਇਹ ਸਾਨੂੰ ਪਤਾ ਲਗਾ ਫਿਰ ਅਸੀਂ ਆਪਣੇ ਹਿਸਾਬ ਨਾਲ ਲੋਣਨੇ ਸ਼ੁਰੂ ਹੋਏ ਆ ਜਦੋਂ ਤੁਹਾਡਾ ਨੰਬਰ ਅਸੀਂ ਸਕਰੀਨ ਤੇ ਦੇਖਿਆ ਤੇ ਸਾਡੇ ਚਿਹਰੇ ਤੇ ਸਾਡੇ ਦਿਲਾਂ ਤੇ ਖੁਸ਼ੀ ਦੀਆਂ ਲਹਿਰਾਂ ਭੁੱਲੀਆਂ ਨੇ ਕਿ ਇਹ ਸਾਡੇ ਬਾਬਿਆਂ ਨਾਲ ਮਿਲੇ ਨੇ ਸਾਨੂੰ ਮਿਲ ਸੰ ਜਦੋਂ ਅਸੀਂ ਨਾਲ ਆਪਣਾ ਦੁੱਖ ਵੰਡਸਾ ਤੇ ਇਹ ਸਾਡੇ ਬਾਬਿਆਂ ਤੱਕ ਸਾਡਾ ਦੁੱਖ ਪਹੁੰਚਾਸਾਂ ਉਹਨਾਂ ਨੂੰ ਦੱਸਣ ਕਿ ਤੁਹਾਡੀ ਔਲਾਦ ਜਿਹੜੀ ਹੈ ਕਿ পাগল ਹੋਈ ਪਾਕਿਸਤਾਨ ਮਰੀਏ ਜਿਹੜੇ ਤੁਹਾਡੇ ਦੁੱਖਾਂ ਚੋਂ ਤੁਹਾਡੇ ਵਿਛੋੜਿਆਂ ਦੇ ਵਿੱਚ ਪਰੇਸ਼ਾਨੀਆਂ ਕੱਟੀਆਂ ਨੇ ਪਛੋੜਾ ਐਸੇ ਲਈ ਪ੍ਰੋਗਰਾਮ ਦਾ ਨਾਮ ਰੱਖਿਆ ਸੀ ਕਿ 47 ਦੇ ਵਿੱਚ ਜਿਹੜੇ ਲੋਕ ਵਿਛੜ ਗਏ ਹਨ ਉਹਨਾਂ ਨੂੰ ਇੱਕ ਮਿਲਾਨ ਦਾ ਸੀ ਸਬਬ ਬਣਾ ਰਹੇ ਆਂ ਪਹਿਲੇ ਮੈਂ ਪ੍ਰੋਗਰਾਮ ਐ ਹੀ ਪ੍ਰੋਗਰਾਮ ਕਰ ਰਿਹਾ ਸੀ ਖੋਰੇ ਸੱਚ 47 ਦੇ ਬਿਟਰ ਟਰੂਥਸ ਆਫ 1947 ਤਾਂ ਕੁਝ ਵੀਰ ਜਿਹੜੇ ਸਨ ਉਹ ਅੱਗੇ ਆਏ ਉਹਨਾਂ ਨੇ ਕੰਮ ਸ਼ੁਰੂ ਕੀਤਾ ਫੈਮਲੀਆ ਨੂੰ ਮਿਲਾਣਾ ਸ਼ੁਰੂ ਕੀਤਾ ਮੇਰੇ ਤਾਂ ਇਹਨੇ ਸੋਰਸਸ ਨਹੀਂ ਸਨ ਮੈਂ ਜਿੰਨੇ ਕੁ ਮੇਰੇ ਕੋਲ ਸੋਰਸਸ ਹਨ ਉਹਦੇ ਵਿੱਚ ਰਹਿ ਕੇ ਮੈਂ ਕੰਮ ਕਰਦਾ ਰਿਹਾ ਮੈਨੂੰ ਸ਼ਾਇਦ ਕਿਸੇ ਦੀ ਪੀੜ ਜਿਸ ਤਰ੍ਹਾਂ ਕਿ ਮੈਂ ਨਨਕਾਣਾ ਸਾਹਿਬ ਇੰਟਰਵਿਊ ਦਿੱਤਾ ਔਨ 에ਅਰ ਨੂੰ ਕਿ ਮੈਨੂੰ ਕਿਸੇ ਦੀ ਪੀੜ ਸੁਣ ਕੇ ਇਦਾਂ ਲੱਗਦਾ ਜਿਦਾਂ ਕਿ ਮੇਰਾ ਆਪਣੀ ਕੋਈ ਦਰਦ ਹੋਵੇ ਮੇਰੀ ਕੋਈ ਆਪਣੀ ਪ੍ਰੋਬਲਮ ਹੋਵੇ ਕਿਉਂਕਿ ਇਨਸਾਨ ਉਹੀ ਹੈ ਜਿਹੜਾ ਕਿ ਦੂਸਰੇ ਦੇ ਕਿਸੇ ਦੇ ਦਰਦ ਨੂੰ ਪਛਾਣੇ ਔਰ ਦਰਦ ਨੂੰ ਬਰਦਾਸ਼ਤ ਕਰੇ ਔਰ ਉਹਨੂੰ ਮਹਿਸੂਸ ਕਰਕੇ ਅਗਰ ਉਹਦਾ ਹੱਲ ਕੱਢ ਸਕਦਾ ਤਾਂ ਉਹਨੂੰ ਕੱਢੇ ਤੇ ਮੈਂ ਕਵਾਂਗਾ ਕਿ ਇਸ ਇਸ ਜਗ੍ਹਾ ਜਿਸ ਤਰ੍ਹਾਂ ਅਸੀਂ ਆਏ ਆ ਜਿੱਥੇ ਗੁਰਦੁਆਰਾ ਸੀ ਦੁੱਖ ਭਜਨੀ ਤੇ ਇਨਸ਼ਾਅੱਲਾ ਇਹਨਾਂ ਦੇ ਦੁੱਖ ਭਜਣਗੇ ਔਰ ਤੁਸੀਂ ਆਪਣੇਆਂ ਨੂੰ ਮਿਲੋਗੇ ਇਹਨਾਂ ਦੇ ਜਿਹੜੀ ਬਾਬਾ ਖੇਮ ਸਿੰਘ 베ਦੀ ਦੀ ਜਿਹੜੀ ਅੱਗੋਂ ਗੱਦੀ ਚੱਲ ਰਹੀ ਹੈ 베ਦੀ ਪਰਿਵਾਰ ਦੀ ਉਹ ਇਸ ਵੇਲੇ ਲੁਧਿਆਣੇ ਬੈਠੇ ਹੋਏ ਨੇ ਮੈਂ ਬਾਬਿਆਂ ਤੋਂ ਹੱਥ ਜੋੜ ਕੇ ਬੇਨਤੀ ਕਰਦਾ ਹਾਂ ਕਿ ਬਾਬਾ ਜੀ ਤੁਸੀਂ ਆਪਣੇ ਆਲ ਔਲਾਦ ਨੂੰ ਦੇਖੋ ਆਪਣੇ ਵੰਸ਼ ਨੂੰ ਦੇਖੋ ਜਿਹੜੇ ਕਿ ਪਾਕਿਸਤਾਨ ਦੇ ਵਿੱਚ ਨੇ ਜਿਨ੍ਹਾਂ ਨੂੰ ਤੁਸੀਂ 47 ਤੋਂ ਬਾਅਦ ਲੱਭਣ ਵਾਸਤੇ ਆਏ ਜਿਨ੍ਹਾਂ ਨੂੰ ਤੁਸੀਂ ਬਹੁਤ ਤਲਾਸ਼ ਕੀਤਾ ਰਾਤਾਂ ਨੂੰ ਦਿਨਾਂ ਨੂੰ ਇੱਕ ਕਰਕੇ ਲੇਕਿਨ ਤੁਸੀਂ ਆਪਣੀ ਉਸ ਧੀ ਨੂੰ ਨਹੀਂ ਸੀ ਮਿਲ ਸਕੇ ਉਦੇ ਘਰ ਵਾਲੇ ਦੀ ਇਹ ਜਿਹੜੀ ਗ੍ਰੇਵ ਹੈ ਉਹ ਇਸ ਵੇਲੇ ਇੱਥੇ ਮੌਜੂਦ ਹੈ ਕਬਰ ਮੌਜੂਦ ਹੈ ਅਸੀਂ ਕੋਸ਼ਿਸ਼ ਕਰਦੇ ਹਾਂ ਸ਼ਾਮ ਪੈਂਡ ਤੋਂ ਪਹਿਲੇ ਬੀਬੀ ਬਲਵੰਤ ਕੌਰ ਜੀ ਬੀਬੀ ਬਲਵੰਤ ਕੌਰ ਜੀ ਦੇ ਜੀ ਅਸੀਂ ਕਬਰ ਦੇ ਉੱਤੇ ਵੀ ਜਾਣ ਦੀ ਕੋਸ਼ਿਸ਼ ਕਰਨੇ ਆ ਜਿਨ੍ਹਾਂ ਦਾ ਨਾਮ ਜ਼ੈਨਮ ਬੀਬੀ ਹੈ ਜ਼ੈਨਬ ਬੀਬੀ ਜਿਹੜਾ ਸੀ ਕਨਵਰਟ ਹੋ ਕੇ ਹੋਇਆ ਸੀ ਔਰ ਉਹ ਆਪਣੀ ਖੁਸ਼ੀ ਨਾਲ ਹੋਏ ਸੀ ਇਹ ਕੋਈ ਫੋਰਸਫੁਲੀ ਕਨਵਰਜਨ ਨਹੀਂ ਹੈ ਪਲੀਜ਼ ਕਮੈਂਟ ਲਿਖਣ ਤੋਂ ਪਹਿਲੇ ਇਹ ਜ਼ਰੂਰ ਸੋਚਣਾ ਕਿ ਫੋਰਸਫੁਲੀ ਨਹੀਂ ਇਹ ਆਪਣੀ ਮਰਜ਼ੀ ਨਾਲ ਕਿਉਂਕਿ ਇੱਥੇ ਕੋਈ ਨਾ ਕੋਈ ਉਹਨਾਂ ਨੇ ਛੱਡਣਾ ਸੀ ਜਿਹੜਾ ਕਿ ਉਹਨਾਂ ਦੇ ਅਣਚਾਹ ਚ ਦਾ ਨਾਮ ਲੈਣ ਵਾਸਤੇ ਤਾਂ ਬੀਬੀ ਜ਼ੈਨਬ ਜੜੇ ਸਨ ਉਹ ਫਿਰ ਮੁਸਲਮਾਨ ਹੋਏ ਸਨ ਔਰ ਉਹਨਾਂ ਨੇ ਇੱਥੇ ਜਿਹੜਾ ਸੀ ਅਸੀਂ ਚੱਲਦੇ ਆ ਕੋਸ਼ਿਸ਼ ਕਰਦੇ ਆ ਬੀਬੀ ਬਲਵੰਤ ਕੌਰ ਔਰ ਬੀਬੀ ਜ਼ੈਨਬ ਦੀ ਜਿਹੜੀ ਕਬਰ ਹੈ ਅੱਜ ਤੁਹਾਨੂੰ ਉੱਥੇ ਵੀ ਰੂਬਰੂ ਕਰਵਾਈਏ ਔਰ ਅਗਰ ਦਿਨ ਦੀ ਲੋ ਹੋਰ ਬਚੀ ਤੇ ਤੁਹਾਨੂੰ ਗੁਰਦੁਆਰਾ ਸਾਹਿਬ ਦੁੱਖ ਭਜਨੀ ਥਵਾ ਖਾਲਸਾ ਉਹਦੇ ਵੀ ਦਰਸ਼ਨ ਕਰਾਉਣੇ ਆ ਫਿਰ ਹਾਜ਼ਰ ਹੋਣੇ ਆ 11 ਦੇ ਤੱਕ ਤੁਸੀਂ ਦੇਖਦੇ ਰਹੋ ਰੇਡੀਓ ਸਾਡੇ ਵਾਲਾ ਐਂਡ ਸ਼ਾਹਿਦ ਸ਼ਬੀਰ ਅਫੀਸ਼ੀਅਲ ਵੈਬ ਟੀਵੀ ਸਾਡੇ ਵਾਲਾ 올 ਰਾਈਟਸ ਆ ਰਿਜ਼ਰਵਡ ਬਾਈ ਸ਼ਾਹਿਦ ਸ਼ਬੀਰ ਐਂਡ ਰੇਡੀਓ ਸਾਡੇ ਵਾਲਾ ਸੋ ਪਲੀਜ਼ نو ਵਨ ਹੈਵ ਟੂ ਰਾਈਟ ਟੂ ਡਾਊਨਲੋਡ ਥਿਸ ਵੀਡੀਓ ਦੈਨ ਸ਼ੇਅਰ ਇਫ ਯੂ ਵਾਂਟ ਟੂ ਸ਼ੇਅਰ ਦੈਨ ਪਲੀਜ਼ ਸ਼ੇਅਰ आवर ਰੀਅਲ ਲਿੰਕ ਥੈਂਕ ਯੂ